ਦੋਸਤੋ ਤੁਸੀਂ ਵੇਖ ਰਹੇ ਹੋ ਸਾਡਾ ਟੀਵੀ ਯੂਐਸਏ। ਚਾਵਾਂ ਨਾਲ ਵਿਦੇਸ਼ ਗਈ ਲੜਕੀ ਨੂੰ ਸ਼ਰੇਆਮ ਇਸ ਤਰ੍ਹਾਂ ਦਿੱਤੀ ਗਈ ਮੌਤ। ਦੱਸ ਦਈਏ ਕਿ ਘਟਨਾ ਮੈਕਸੀਕੋ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਲੜਕੀ, ਹਿਮਾਚਲ ਦੀ ਜਿਹੜੀ ਲੜਕੀ ਹੈ, ਕੈਲੀਫੋਰਨੀਆ ਰਹਿੰਦੀ ਸੀ ਅੰਜਲੀ, ਉਸਦੇ ਵੱਲੋਂ ਆਪਣਾ ਜਨਮਦਿਨ ਮਨਾਉਣ ਦੇ ਲਈ ਮੈਕਸੀਕੋ ਦੇ ਸ਼ਹਿਰ ਤੁਲਮ ਦੇ ਵਿੱਚ ਪਹੁੰਚ ਕੀਤੀ ਗਈ ਸੀ, ਅਤੇ ਜਿੱਥੇ ਲੜਕੀ ਪੇਸ਼ੇ ਵਜੋਂ ਇੱਕ ਇੰਜੀਨੀਅਰ ਸੀ, ਅਤੇ ਉੱਥੇ ਸੋਸ਼ਲ ਮੀਡੀਆ ਉੱਪਰ ਉਹ ਆਪਣੀਆਂ ਵੀਡੀਓਜ਼ ਵੀ ਬਣਾ ਕੇ ਪਾਉਂਦੀ ਸੀ, ਅਤੇ ਇੱਕ ਟਰੈਵਲਰ ਵਲੌਗਰ ਸੀ, ਜਿਸ ਵੱਲੋਂ ਉੱਥੇ ਤੁਲਮ ਦੇ ਸਮੁੰਦਰੀ ਤੱਟ ਉੱਤੇ 2 ਦਿਨ ਪਹਿਲਾਂ ਵੀਡੀਓ ਬਣਾਈ ਗਈ ਸੀ, ਅਤੇ ਕੁਝ ਤਸਵੀਰਾਂ ਵੀ ਉਹਨੇ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਸੀ। ਇਸ ਲੜਕੀ ਦੇ ਨਾਲ ਉਸ ਸਮੇਂ ਹਾਦਸਾ ਵਾਪਰਿਆ ਜਦੋਂ ਉਹ ਹੋਟਲ ਵਿੱਚ ਠਹਿਰੀ ਹੋਈ ਸੀ, ਅਤੇ ਦੂਜੇ ਧੜਿਆਂ ਵਿਚਕਾਰ ਲੜਾਈ ਹੋ ਗਈ, ਅਤੇ ਇਸ ਡਰੱਗ ਮਾਫੀਆ ਵੱਲੋਂ ਇੱਕ ਦੂਸਰੇ ਉੱਪਰ ਗੋਲੀ ਚਲਾ ਦਿੱਤੀ ਗਈ, ਅਤੇ ਇਸ ਲੜਾਈ ਦੇ ਵਿਚਕਾਰ ਇਸ ਲੜਾਈ ਦਾ ਸ਼ਿਕਾਰ ਅੰਜਲੀ ਹੋ ਗਈ, ਅਤੇ ਗੋਲੀ ਅੰਜਲੀ ਦੇ ਲੱਗ ਗਈ, ਜਿਸ ਕਾਰਨ ਉਹਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿੱਥੇ ਇਸ ਹਾਦਸੇ ਵਿੱਚ ਇੱਕ ਜਰਮਨ ਮੂਲ ਦੀ ਔਰਤ ਵੀ ਇਸ ਘਟਨਾ ਦਾ ਸ਼ਿਕਾਰ ਹੋਈ ਹੈ, ਉਸਦੇ ਵੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਇਸ ਹਾਦਸੇ ਵਿੱਚ 3 ਲੋਕ ਜ਼ਖਮੀ ਵੀ ਹੋ ਗਏ ਨੇ, ਅਤੇ ਅੰਜਲੀ ਆਪਣੇ ਵਿਆਹ ਤੋਂ ਬਾਅਦ ਕੈਲੀਫੋਰਨੀਆ ਵਿੱਚ ਰਹਿ ਰਹੀ ਸੀ, ਜਿਸ ਨੂੰ ਆਪਣਾ ਜਨਮਦਿਨ ਮਨਾਉਣਾ ਮਹਿੰਗਾ ਪੈ ਗਿਆ, ਅਤੇ ਉਸਦਾ ਆਖਰੀ ਜਨਮ ਸਾਬਤ ਹੋ ਗਿਆ। ਤਾਂ ਦੋਸਤੋ, ਵੱਡੀ ਅਪਡੇਟ ਹੈ, ਇਸੇ ਤਰ੍ਹਾਂ ਦੀਆਂ ਕੁਝ ਨਵੀਆਂ ਖਬਰਾਂ ਸੁਣਨ ਦੇ ਲਈ ਵੇਖਦੇ ਰਹੋ ਸਾਡਾ ਟੀਵੀ ਯੂਐਸਏ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।